ਪੰਜਾਬ ਸਰਕਾਰ ਵੱਲੋਂ 7 ਮੁੱਖ ਪਾਰਲੀਮੈਂਟ ਸੈਕਟਰੀ ਨਿਯੁਕਤ ਕੀਤੇ ਗਏ ਨੇ। ਪੰਜਾਬ ਸਰਕਾਰ ਵੱਲੋਂ ਭਲਕੇ ਇਹਨਾਂ ਪਾਰਲੀਮੈਂਟ ਸੈਕਟਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਇੱਕ ਮੁੱਖ ਸੰਸਦੀ ਸਕੱਤਰ ਉੱਤੇ ਪ੍ਰਤੀ ਮਹੀਨਾ 1,21,000 ਰੁਪਏ ਦਾ ਸਰਕਾਰੀ ਖਜ਼ਾਨੇ ਉੱਤੇ ਭਾਰ ਪਵੇਗਾ। ਇਸ ਤੋਂ ਇਲਾਵਾ ਕਾਰ ਡਰਾਈਵਰ, ਬਿਜਲੀ ਖਰਚੇ ਅਤੇ ਸਿਹਤ ਸਹੂਲਤਾਂ ਵੱਖਰੇ ਨੇ। ਮੁੱਖ ਸੰਸਦੀ ਸਕੱਤਰਾਂ ਦੀ ਨਿਯੁਕਤੀ ਦਾ ਐਲਾਨ ਹੋਣ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਇਸ ਨਿਯੁਕਤੀ ਨੂੰ ਲੈ ਕੇ ਸੱਤਾਧਾਰੀ ਅਕਾਲੀ ਦਲ ਨੂੰ ਸ਼ਬਦਾਂ ਰਾਹੀਂ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਜਿੱਥੇ ਕਾਂਗਰਸ ਵੱਲੋਂ ਸਰਕਾਰ ਦੀ ਨਿੰਦਿਆ ਕੀਤੀ ਜਾ ਰਹੀ ਹੈ, ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਟੋਟਕਿਆਂ ਰਾਹੀਂ ਇਸ ਨਿਯੁਕਤੀ ਨੂੰ ਅਕਾਲੀ ਦਲ ਦੀ ਆਖਰੀ ਨਿਯੁਕਤੀ ਦੱਸਿਆ। ਦੇਖੋ ਜੀ, ਪੰਜਾਬ ਜੋ ਸੂਬਾ ਹੈ, ਪਹਿਲਾਂ ਹੀ ਇਹ ਆਰਥਿਕ ਮੰਦਵਾੜੇ ਦੀ ਬਹੁਤ ਜ਼ਿਆਦਾ ਵੱਡਾ ਤੰਗੀ ਚੱਲ ਰਿਹਾ। ਤਕਰੀਬਨ 1,25,000 ਤੋਂ ਵੀ ਵੱਧ ਦਾ ਕਰਜ਼ਾ, 1,25,000 ਕਰੋੜ ਤੋਂ ਵੀ ਵੱਧ ਦਾ ਕਰਜ਼ਾ ਪੰਜਾਬ ਦੇ ਸਿਰ ਆ। ਔਰ ਮੇਰੇ ਹਿਸਾਬ ਨਾਲ ਪਹਿਲਾਂ ਹੀ ਪੰਜਾਬ ਦੀ ਵਜ਼ਾਰਤ ਦੇ ਵਿੱਚ ਬਹੁਤ ਰਾਜ ਮੰਤਰੀ, ਕੈਬਨਿਟ ਮੰਤਰੀ ਔਰ ਇਹਨਾਂ ਦੀਆਂ ਵਧਾਈਆਂ ਗਈਆਂ ਤਨਖਾਹਾਂ, ਇਹਨਾਂ ਨੂੰ ਹੋਰ ਜਿਹੜੀਆਂ ਫੈਸਿਲਿਟੀਜ਼ ਦਿੱਤੀਆਂ ਉਹ ਵਾਪਸ ਮੁੱਖ ਮੰਤਰੀ ਸਾਹਿਬ ਨੂੰ ਲੈਣੀਆਂ ਚਾਹੀਦੀਆਂ ਸੀ, ਨਾ ਕਿ 7 ਹੋਰ ਨਵੇਂ ਪਾਰਲੀਮਾਨੀ ਸਕੱਤਰ ਬਣਾ ਕੇ ਪੰਜਾਬ ਸੂਬੇ ਦੇ ਉੱਤੇ ਔਰ ਪੰਜਾਬ ਵਾਸੀਆਂ ਦੇ ਉੱਤੇ ਇਹ ਬਹੁਤ ਵੱਡਾ ਬੋਝ ਪਾਇਆ ਗਿਆ ਜੋ ਕਿ ਨਾਕਾਬਲੇ ਤਾਰੀਫ ਹੈ। ਅਬ ਜੀ ਆਖਰੀ ਜਬ ਦੀਆ ਬੁਝਤਾ ਹੈ ਨਾ ਤੋ ਫਟ 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 ਕਰਤਾ ਹੈ। ਅਬ ਕਹਤੇ ਜੋ ਰਹਿ ਗਏ ਬਈ 2-3 ਮਹੀਨੇ ਵੋ ਵੀ ਆਪਣੀ ਲਾਲ ਬੱਤੀ ਲੈ ਲਓ, ਵੋ ਵੀ ਫੈਸਿਲਿਟੀਆਂ ਲੈ ਲਓ, ਕਿਉਂਕਿ ਇਸਕੇ ਬਾਅਦ 20-25 ਸਾਲ ਕਮ ਸੇ ਕਮ ਯੇ ਆਨੇ ਵਾਲੇ ਨਹੀਂ।